ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਇਨਕਾਊਂਟਰ ਹੋਣ ਦਾ ਮਾਮਲਾ ਸਾਹਮਣੇ ਆਇਆ। ਦੱਸ ਦਈਏ ਕਿ ਮੁੱਠਿਆਂਵਾਲੀ ਦੇ ਕੋਲ ਦੋ ਬਦਮਾਸ਼ਾਂ ਅਤੇ ਪੁਲਿਸ ਵਿਚਾਲੇ ਇਨਕਾਊਂਟਰ ਹੋਇਆ। ਮਾਮਲਾ ਦੱਸ ਦਈਏ ਕਿ ਜਦੋਂ ਮੁੱਠਿਆਂਵਾਲੇ ਦੇ ਕੋਲ ਇਨਫੋਰਮੇਸ਼ਨ ਸੀ ਪੁਲਿਸ ਨੂੰ ਕਿ ਫਰੋਤੀਆਂ ਮੰਗਣ ਵਾਲੇ ਜਿਹੜੇ ਬਦਮਾਸ਼ ਨੇ ਉਹ ਮੁੱਠਿਆਂਵਾਲੇ ਦੇ ਕੋਲ ਦੀ ਗੁਜ਼ਰ ਰਹੇ ਨੇ, ਤਾਂ ਤਰਨ ਤਾਰਨ ਜ਼ਿਲ੍ਹੇ ਦੀ ਪੁਲਿਸ ਵੱਲੋਂ ਅਲੱਗ ਅਲੱਗ ਟੀਮਾਂ ਬਣਾਈਆਂ ਗਈਆਂ, ਜਿਸ ਤੋਂ ਬਾਅਦ ਉਹਨਾਂ ਦਾ ਪਿੱਛਾ ਕੀਤਾ ਗਿਆ ਤਾਂ ਉਹਨਾਂ ਵੱਲੋਂ ਜਿਹੜੀ ਆ ਪੁਲਿਸ ਉੱਪਰ ਗੋਲੀ ਚਲਾਈ ਗਈ, ਜਿਸ ਤੋਂ ਬਾਅਦ ਪੁਲਿਸ ਨੇ ਜਵਾਬੀ ਕਾਰਵਾਈ ਕਰਦਿਆਂ ਹੋਇਆਂ ਜਿਹੜੀ ਉਹਨਾਂ ਉੱਪਰ ਗੋਲੀ ਚਲਾਈ ਹੈ, ਜਿਸ ਦੇ ਵਿੱਚ ਇੱਕ ਬਦਮਾਸ਼ ਜਿਹੜਾ ਜ਼ਖਮੀ ਹੋਇਆ ਅਤੇ ਦੂਸਰੇ ਨੂੰ ਜਿਹੜਾ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਸਾਡੇ ਨਾਲ DSP ਪੱਟੀ ਜਿਹੜੇ ਨੇ ਕਮਲਪ੍ਰੀਤ ਸਿੰਘ ਜੀ ਮੌਜੂਦ ਨੇ। ਸਰ ਸਰ ਕੀ ਮਾਮਲਾ ਸੀ, ਕਿਸ ਤਰੀਕੇ ਨਾਲ ਇਹਨਾਂ ਨੂੰ ਫੜਿਆ ਗਿਆ? ਇਹ ਦੋ ਦੋਸ਼ੀ ਨੇ, ਇਹਨਾਂ 'ਤੇ ਇਹੋ ਐਲੀਗੇਸ਼ਨ ਆ ਕਿ ਲੋਕਾਂ ਕੋਲੋਂ ਡਰਾ ਧਮਕਾ ਕੇ ਫਰੌਤੀਆਂ ਮੰਗਦੇ ਸੀ ਜੀ। ਇੱਕ ਦਾ ਨਾਮ ਪਵਨਦੀਪ ਹੈ, ਇਹ ਭਿੱਖੀਵਿੰਡ ਦਾ ਰਹਿਣ ਵਾਲਾ। ਸੈਕਿੰਡ ਜਿਹੜਾ ਉਹ ਕੋਮਲਦੀਪ ਆ, ਉਹ ਖਾਲੜੇ ਦਾ ਰਹਿਣ ਵਾਲਾ। ਅੱਜ ਇਨਫੋਰਮੇਸ਼ਨ ਸੀ ਕਿ ਸਨ ਇਹ ਜਿਹੜੇ ਮੁੱਠਿਆਂਵਾਲੀ ਦੇ ਕੋਲ ਜਿਹੜੇ ਆ ਫਿਰ ਰਹੇ। ਜਦੋਂ ਅਸੀਂ ਪੁਲਿਸ ਟੀਮਾਂ ਤਿਆਰ ਕਰਕੇ ਮੁੱਠਿਆਂ ਭੋਵਾਲ ਤੋਂ ਮਿੱਠਾਂਵਾਲ ਜਿਹੜਾ ਬੰਨ ਆ ਉਹਦੇ ਉੱਪਰ ਜਾ ਰਹੇ ਸੀ, ਅੱਗੇ ਸਾਨੂੰ ਇਹ ਦੋਨੇ ਦਿਖ ਗਏ। ਜਦੋਂ ਇਹਨਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਅਤੇ ਇਹਨਾਂ ਨੇ ਸਾਡੇ 'ਤੇ ਫਾਇਰਿੰਗ ਕਰੀ, ਫਾਇਰਿੰਗ ਜਵਾਬੀ ਫਾਇਰਿੰਗ 'ਚ ਸਾਨੂੰ ਜਵਾਬੀ ਫਾਇਰਿੰਗ ਕਰਨੀ ਪਈ ਜੀ। ਦੈਨ ਜਿਹੜਾ ਪਵਨਦੀਪ ਆ ਉਹਦੇ ਲੱਤ 'ਚ ਗੋਲੀ ਲੱਗੀ ਆ, ਉਹ ਜ਼ਖਮੀ ਆ। ਜ਼ਖਮੀ ਨੂੰ ਅਸੀਂ ਸਿਵਲ ਹੋਸਪਿਟਲ ਪੱਟੀ ਐਡਮਿਟ ਕਰਾਇਆ, ਔਰ ਸੈਕਿੰਡ ਜਿਹੜਾ ਕੋਮਲਦੀਪ ਆ ਉਹਨੂੰ ਅਰੈਸਟ ਕਰ ਲਿਆ, ਉਹਦੀ ਅਰੈਸਟ ਪਾ ਲਈ। ਇਹਨਾਂ ਨੂੰ ਕੱਲ੍ਹ ਪੇਸ਼ ਅਦਾਲਤ ਕਰਾਂਗੇ, ਇਨਵੈਸਟੀਗੇਸ਼ਨ ਚਾਲੂ ਆ। ਸਰ ਇਹਨਾਂ ਨੇ ਫਰੋਤੀ ਦੌਰਾਨ ਕਿਤੇ ਗਨ ਸ਼ੋਟ ਵੀ ਕੀਤਾ ਸੀ, ਔਰ ਇਹਨਾਂ ਕੋਲ ਕਲੌਕ ਜਿਹੜਾ ਕਿਹੜਾ ਬਰਾਮਦ ਹੋਇਆ? ਪਿਸਤੌਲ, ਕਲੌਕ ਪਿਸਤਲ ਨਾਲ 6 ਰਾਊਂਡ ਨੇ, 3 ਖੋਲ ਮਿਲੇ ਆ ਮੌਕੇ ਤੋਂ ਜੀ ਜਿਹੜੇ ਇਹਨਾਂ ਨੇ ਚਲਾਏ ਆ। ਔਰ ਇਹਨਾਂ ਨੇ ਥੋੜ੍ਹੇ ਦਿਨ ਪਹਿਲਾਂ ਇਹ ਗੋਲਡ ਸਮਿਥ ਸੁਨਿਆਰਾ ਸੀ ਉਹਦੇ ਘਰਿਆਲਾ ਪਿੰਡ, ਉਹਦੇ ਘਰ ਦੇ ਬਾਹਰ ਗੋਲੀਆਂ ਚਲਾਈਆਂ ਸੀ। ਉਹਦੇ ਕੋਲ ਕਰੀਬ 20 ਲੱਖ ਦੇ ਕਰੀਬ ਜਿਹੜੀ ਫਰੌਤੀ ਦੀ ਮੰਗ ਕਰ ਰਹੇ ਸੀ ਜੀ। ਗਲੋਕ ਦੇ ਵਿੱਚ ਇਹ ਵਾਂਟਡ ਸੀ ਸਨ ਥਾਣਾ ਸਦਰ ਪੱਟੀ 'ਚ। ਪਿਸਤੌਲ ਯਾਨੀ ਕਿ ਜਿਹੜਾ ਗਲੋਕ ਪਿਸਟਲ 19 ਹੈ ਉਹ ਬਰਾਮਦ ਹੋਇਆ ਇਹਨਾਂ ਦਾ? ਯੈਸ ਜੀ। ਅਤੇ ਫਰਦਰ ਇਨਵੈਸਟੀਗੇਸ਼ਨ 'ਚ ਕੁਝ ਹੋਰ ਸਾਹਮਣੇ, ਔਰ ਜਿਹੜਾ ਇਨਕਾਊਂਟਰ ਮਾਮਲਾ ਕੁਝ ਕਿੰਨੀ ਕੁ ਦੇਰ ਪਹਿਲਾਂ ਦਾ ਹੋਏਗਾ? ਕੁਝ ਦੇਰ, ਥੋੜ੍ਹੀ ਦੇਰ, ਥੋੜ੍ਹੀ ਦੇਰ, ਜਸਟ 2-3 ਘੰਟੇ ਪਹਿਲਾਂ। ਬਿਲਕੁਲ ਇਹ ਸਨ DSP ਕਮਲਪ੍ਰੀਤ ਜੀ, ਔਰ ਦੱਸ ਰਹੇ ਨੇ ਕਿ ਕੁਝ ਦੇਰ ਦਾ, ਥੋੜ੍ਹੀ ਦੇਰ ਪਹਿਲਾਂ ਦਾ ਹੀ ਮਾਮਲਾ ਹੈ, ਔਰ ਪੁਲਿਸ ਵੱਲੋਂ ਜਿਹੜਾ ਇਹਨਾਂ ਦੋਨਾਂ ਬਦਮਾਸ਼ਾਂ ਨੂੰ ਯਾਨੀ ਕਿ ਇੱਕ ਸਾਹਿਬ ਦਾ ਗ੍ਰਿਫਤਾਰ ਹੀ ਕਰ ਲਿੱਤਾ ਗਿਆ ਕਹਿ ਸਕਦੇ ਹਾਂ, ਕਿਉਂਕਿ ਇੱਕ ਜਿਹੜਾ ਜਾਰੇ ਇਲਾਜ ਆ ਔਰ ਦੂਸਰੇ ਨੂੰ ਜਿਹੜਾ ਗ੍ਰਿਫਤਾਰੀ ਪਾ ਲਿੱਤੀ ਗਈ ਆ। ਔਰ ਇਸੇ ਤਰੀਕੇ ਨਾਲ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਕਿਹਨਾਂ ਕਿਹਨਾਂ ਕੋਲੋਂ ਔਰ ਕਿਹਨਾਂ ਦੇ ਕਹਿਣ 'ਤੇ ਵਿਦੇਸ਼ 'ਚ ਬੈਠੇ ਗੈਂਗਸਟਰ ਜਿਹੜੇ ਕਿਹਨਾਂ ਦੇ ਕਹਿਣ 'ਤੇ ਫਰੋਤੀਆਂ ਦੀ ਮੰਗ ਕਰਦੇ ਸੀ। ਫਿਲਹਾਲ ਪੁਲਿਸ ਇਸ ਮਾਮਲੇ ਦੀ ਵੀ ਜਿਹੜੀ ਆ ਜਾਂਚ ਕਰ ਰਹੀ ਹੈ। ਪੁਲਿਸ ਅਤੇ ਜਿਹੜਾ ਜਿਹੜੇ ਬਦਮਾਸ਼ ਨੇ ਇਹਨਾਂ ਵਿਚਾਲੇ ਜਿਹੜੀ ਮੁੱਠਭੇੜ ਦਾ ਮਾਮਲਾ ਜਿਹੜਾ ਤਰਨ ਤਾਰਨ ਤੋਂ ਸਾਹਮਣੇ ਆਇਆ। ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਇਨਕਾਊਂਟਰ ਹੋਣ ਦਾ ਮਾਮਲਾ ਸਾਹਮਣੇ ਆਇਆ। ਦੱਸ ਦਈਏ ਕਿ ਮੁੱਠਿਆਂਵਾਲੀ ਦੇ ਕੋਲ ਦੋ ਬਦਮਾਸ਼ਾਂ ਅਤੇ ਪੁਲਿਸ ਵਿਚਾਲੇ ਇਨਕਾਊਂਟਰ ਹੋਇਆ। ਮਾਮਲਾ ਦੱਸ ਦਈਏ ਕਿ ਜਦੋਂ ਮੁੱਠਿਆਂਵਾਲੇ ਦੇ ਕੋਲ ਇਨਫੋਰਮੇਸ਼ਨ ਸੀ ਪੁਲਿਸ ਨੂੰ ਕਿ ਫਰੋਤੀਆਂ ਮੰਗਣ ਵਾਲੇ ਜਿਹੜੇ ਬਦਮਾਸ਼ ਨੇ ਉਹ ਮੁੱਠਿਆਂਵਾਲੇ ਦੇ ਕੋਲ ਦੀ ਗੁਜ਼ਰ ਰਹੇ ਨੇ, ਤਾਂ ਤਰਨ ਤਾਰਨ ਜ਼ਿਲ੍ਹੇ ਦੀ ਪੁਲਿਸ ਵੱਲੋਂ ਅਲੱਗ ਅਲੱਗ ਟੀਮਾਂ ਬਣਾਈਆਂ ਗਈਆਂ, ਜਿਸ ਤੋਂ ਬਾਅਦ ਉਹਨਾਂ ਦਾ ਪਿੱਛਾ ਕੀਤਾ ਗਿਆ ਤਾਂ ਉਹਨਾਂ ਵੱਲੋਂ ਜਿਹੜੀ ਆ ਪੁਲਿਸ ਉੱਪਰ ਗੋਲੀ ਚਲਾਈ ਗਈ, ਜਿਸ ਤੋਂ ਬਾਅਦ ਪੁਲਿਸ ਨੇ ਜਵਾਬੀ ਕਾਰਵਾਈ ਕਰਦਿਆਂ ਹੋਇਆਂ ਜਿਹੜੀ ਉਹਨਾਂ ਉੱਪਰ ਗੋਲੀ ਚਲਾਈ ਹੈ, ਜਿਸ ਦੇ ਵਿੱਚ ਇੱਕ ਬਦਮਾਸ਼ ਜਿਹੜਾ ਜ਼ਖਮੀ ਹੋਇਆ ਅਤੇ ਦੂਸਰੇ ਨੂੰ ਜਿਹੜਾ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਸਾਡੇ ਨਾਲ DSP ਪੱਟੀ ਜਿਹੜੇ ਨੇ ਕਮਲਪ੍ਰੀਤ ਸਿੰਘ ਜੀ ਮੌਜੂਦ ਨੇ। ਸਰ ਸਰ ਕੀ ਮਾਮਲਾ ਸੀ, ਕਿਸ ਤਰੀਕੇ ਨਾਲ ਇਹਨਾਂ ਨੂੰ ਫੜਿਆ ਗਿਆ? ਇਹ ਦੋ ਦੋਸ਼ੀ ਨੇ, ਇਹਨਾਂ 'ਤੇ ਇਹੋ ਐਲੀਗੇਸ਼ਨ ਆ ਕਿ ਲੋਕਾਂ ਕੋਲੋਂ ਡਰਾ ਧਮਕਾ ਕੇ ਫਰੌਤੀਆਂ ਮੰਗਦੇ ਸੀ ਜੀ। ਇੱਕ ਦਾ ਨਾਮ ਪਵਨਦੀਪ ਹੈ, ਇਹ ਭਿੱਖੀਵਿੰਡ ਦਾ ਰਹਿਣ ਵਾਲਾ। ਸੈਕਿੰਡ ਜਿਹੜਾ ਉਹ ਕੋਮਲਦੀਪ ਆ, ਉਹ ਖਾਲੜੇ ਦਾ ਰਹਿਣ ਵਾਲਾ। ਅੱਜ ਇਨਫੋਰਮੇਸ਼ਨ ਸੀ ਕਿ ਸਨ ਇਹ ਜਿਹੜੇ ਮੁੱਠਿਆਂਵਾਲੀ ਦੇ ਕੋਲ ਜਿਹੜੇ ਆ ਫਿਰ ਰਹੇ। ਜਦੋਂ ਅਸੀਂ ਪੁਲਿਸ ਟੀਮਾਂ ਤਿਆਰ ਕਰਕੇ ਮੁੱਠਿਆਂ ਭੋਵਾਲ ਤੋਂ ਮਿੱਠਾਂਵਾਲ ਜਿਹੜਾ ਬੰਨ ਆ ਉਹਦੇ ਉੱਪਰ ਜਾ ਰਹੇ ਸੀ, ਅੱਗੇ ਸਾਨੂੰ ਇਹ ਦੋਨੇ ਦਿਖ ਗਏ। ਜਦੋਂ ਇਹਨਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਅਤੇ ਇਹਨਾਂ ਨੇ ਸਾਡੇ 'ਤੇ ਫਾਇਰਿੰਗ ਕਰੀ, ਫਾਇਰਿੰਗ ਜਵਾਬੀ ਫਾਇਰਿੰਗ 'ਚ ਸਾਨੂੰ ਜਵਾਬੀ ਫਾਇਰਿੰਗ ਕਰਨੀ ਪਈ ਜੀ। ਦੈਨ ਜਿਹੜਾ ਪਵਨਦੀਪ ਆ ਉਹਦੇ ਲੱਤ 'ਚ ਗੋਲੀ ਲੱਗੀ ਆ,
ਉਹ ਜ਼ਖਮੀ ਹੈ, ਜ਼ਖਮੀ ਨੂੰ ਅਸੀਂ ਸਿਵਲ ਹੋਸਪਿਟਲ ਪੱਟੀ ਐਡਮਿਟ ਕਰਾਇਆ, ਔਰ ਸੈਕਿੰਡ ਜਿਹੜਾ ਕੋਮਲਦੀਪ ਆ ਉਹਨੂੰ ਅਰੈਸਟ ਕਰ ਲਿਆ, ਉਹਦੀ ਅਰੈਸਟ ਪਾ ਲਈ, ਇਹਨਾਂ ਨੂੰ ਕੱਲ੍ਹ ਪੇਸ਼ ਅਦਾਲਤ ਕਰਾਂਗੇ, ਇਨਵੈਸਟੀਗੇਸ਼ਨ ਚਾਲੂ ਆ। ਸਰ ਇਹਨਾਂ ਨੇ ਫਰੋਤੀ ਦੌਰਾਨ ਕਿਤੇ ਗਨ ਸ਼ੋਟ ਵੀ ਕੀਤਾ ਸੀ, ਔਰ ਇਹਨਾਂ ਕੋਲ ਕਲੋਕ ਜਿਹੜਾ ਕਿਹੜਾ ਬਰਾਮਦ ਹੋਇਆ ਪਿਸਤੌਲ? ਕਲੋਕ ਪਿਸਤੌਲ ਨਾਲ 6 ਰਾਊਂਡ ਨੇ, 3 ਖੋਲ ਮਿਲੇ ਆ ਅੱਗੇ ਤੋਂ ਜੀ ਜਿਹੜੇ ਇਹਨਾਂ ਨੇ ਚਲਾਏ ਆ। ਔਰ ਇਹਨਾਂ ਨੇ ਥੋੜ੍ਹੇ ਦਿਨ ਪਹਿਲਾਂ ਇਹ ਗੋਲਡ ਸਮਿਥ ਸੁਨਿਆਰਾ ਸੀ ਉਹਦੇ ਘਰਿਆਲਾ ਹੀ ਪਿੰਡ, ਉਹਦੇ ਘਰ ਦੇ ਬਾਹਰ ਗੋਲੀਆਂ ਚਲਾਈਆਂ ਸੀ, ਉਹਦੇ ਕੋਲ ਕਰੀਬ 20 ਲੱਖ ਦੇ ਕਰੀਬ ਜਿਹੜੀ ਉਹ ਫਰੌਤੀ ਦੀ ਮੰਗ ਕਰ ਰਹੇ ਸੀ ਜੀ। ਗਲੋਕ ਦੇ ਵਿੱਚ ਇਹ ਵਾਂਟਡ ਸੀ ਸਾਨੂੰ ਥਾਣਾ ਸਦਰ ਪੱਟੀ 'ਚ। ਪਿਸਤੌਲ ਯਾਨੀ ਕਿ ਜਿਹੜਾ ਗਲੋਕ ਪਿਸਟਲ 19 ਹੈ ਉਹ ਬਰਾਮਦ ਹੋਇਆ ਇਹਨਾਂ ਦਾ? ਯੈਸ ਯੈਸ। ਅਤੇ ਫਰਦਰ ਇਨਵੈਸਟੀਗੇਸ਼ਨ 'ਚ ਕੁਛ ਹੋਰ ਸਾਹਮਣੇ ਔਰ ਜਿਹੜਾ ਇਨਕਾਊਂਟਰ ਮਾਮਲਾ ਕੁਛ ਕਿੰਨੀ ਕੁ ਦੇਰ ਪਹਿਲਾਂ ਦਾ ਹੋਏਗਾ? ਕੁਝ ਦੇਰ, ਥੋੜ੍ਹੀ ਦੇਰ, ਥੋੜ੍ਹੀ ਦੇਰ, ਜਸਟ 2-3 ਘੰਟੇ ਪਹਿਲਾਂ। ਬਿਲਕੁਲ ਇਸ ਡੀ ਐਸ ਪੀ ਕਮਲਪ੍ਰੀਤ ਜੀ ਔਰ ਦੱਸ ਰਹੇ ਨੇ ਕਿ ਕੁਛ ਦੇਰ ਦਾ, ਥੋੜ੍ਹੀ ਦੇਰ ਪਹਿਲਾਂ ਦਾ ਹੀ ਮਾਮਲਾ ਹੈ ਔਰ ਪੁਲਿਸ ਵੱਲੋਂ ਜਿਹੜਾ ਇਹਨਾਂ ਦੋਨਾਂ ਬਦਮਾਸ਼ਾਂ ਨੂੰ ਯਾਨੀ ਕਿ ਇੱਕ ਹਿਸਾਬ ਦਾ ਗ੍ਰਿਫਤਾਰ ਹੀ ਕਰ ਲਿੱਤਾ ਗਿਆ ਕਹਿ ਸਕਦੇ ਹਾਂ, ਕਿਉਂਕਿ ਇੱਕ ਜਿਹੜਾ ਜਾਰੇ ਇਲਾਜ ਆ ਔਰ ਦੂਸਰੇ ਨੂੰ ਜਿਹੜਾ ਗ੍ਰਿਫਤਾਰੀ ਪਾ ਲਿੱਤੀ ਗਈ ਆ, ਔਰ ਇਸੇ ਤਰੀਕੇ ਨਾਲ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਕਿਹਨਾਂ ਕਿਹਨਾਂ ਕੋਲੋਂ ਔਰ ਕਿਹਨਾਂ ਦੇ ਕਹਿਣ 'ਤੇ ਵਿਦੇਸ਼ 'ਚ ਬੈਠੇ ਗੈਂਗਸਟਰ ਜਿਹੜੇ ਕਿਹਨਾਂ ਦੇ ਕਹਿਣ 'ਤੇ ਫਰੋਤੀਆਂ ਦੀ ਮੰਗ ਕਰਦੇ ਸੀ। ਫਿਲਹਾਲ ਪੁਲਿਸ ਇਸ ਮਾਮਲੇ ਦੀ ਵੀ ਜਿਹੜੀ ਆ ਜਾਂਚ ਕਰ ਰਹੀ ਹੈ। ਪੁਲਿਸ ਅਤੇ ਜਿਹੜਾ ਜਿਹੜੇ ਬਦਮਾਸ਼ ਨੇ ਇਹਨਾਂ ਵਿਚਾਰੇ ਜਿਹੜੀ ਮੁੱਠਭੇੜ ਦਾ ਮਾਮਲਾ ਜਿਹੜਾ ਤਰਨ ਤਾਰਨ ਤੋਂ ਸਾਹਮਣੇ ਆਇਆ।